ਕਿ 29 ਜਨਵਰੀ ਦਾ ਜੀ, 29 ਜਨਵਰੀ ਨੂੰ ਇਹ ਜਲਾਲਾਬਾਦ ਸ਼ੋਅ ਲਾਉਣ ਗਏ ਸੀ ਤਾਂ ਸਟੇਜ ਦੇ ਉੱਤੇ ਹੀ ਇਹਨਾਂ ਨੂੰ ਅਟੈਕ ਆ ਗਿਆ ਸੀ ਪੈਰਾਲਾਈਜ਼ ਦਾ। ਉਹ ਨਹੀਂ, ਉਹ ਬਿਲਕੁਲ ਪੋਜ਼ਿਟਿਵ ਨੇ, ਉਹਨਾਂ ਦੀ ਵਿਲ ਪਾਵਰ ਬਹੁਤ ਸਟਰੋਂਗ ਹੈ ਔਰ ਉਹ ਕਹਿੰਦੇ ਠੀਕ ਹੋ ਜਾਣਾ। ਬੇਸਿਕਲੀ ਉਹਨਾਂ ਨੂੰ ਅਧਰੰਗ ਦਾ ਅਟੈਕ ਹੋਇਆ, ਉਹਨਾਂ ਦਾ ਖੱਬਾ ਪਾਸਾ ਜਿਹੜਾ ਉਹ ਲਕਵਾ ਮਾਰ ਗਿਆ ਉਹਨੂੰ। ਤਬੀਅਤ ਹੁਣ ਠੀਕ ਹੈ, ਫਸਟ ਕਲਾਸ ਹੈ। ਕਿ 29 ਜਨਵਰੀ ਦਾ ਜੀ, 29 ਜਨਵਰੀ ਨੂੰ ਇਹ ਜਲਾਲਾਬਾਦ ਸ਼ੋਅ ਲਾਉਣ ਗਏ ਸੀ ਤਾਂ ਸਟੇਜ ਦੇ ਉੱਤੇ ਹੀ ਇਹਨਾਂ ਨੂੰ ਅਟੈਕ ਆ ਗਿਆ ਸੀ ਪੈਰਾਲਾਈਜ਼ ਦਾ। ਕਿਸ ਤਰ੍ਹਾਂ ਪਤਾ ਲੱਗਿਆ? ਮੈਨੂੰ ਤਾਂ, ਮੇਰਾ ਨੰਬਰ ਤਾਂ ਹੈ ਨਹੀਂ ਸੀ ਕਿਸੇ ਕੋਲ, ਸਿਰਫ ਇਹਨਾਂ ਦੇ ਮੋਬਾਈਲ 'ਚ ਸੀ ਕਿਉਂਕਿ ਮੈਂ ਨਵਾਂ ਹੀ ਸਿਮ ਲਿਆ ਸੀਗਾ। ਬੇਟੀ ਨੂੰ ਫੋਨ ਆਇਆ ਸੀਗਾ ਸੁਮਨ ਦਾ, ਉਹਨੇ ਦੱਸਿਆ ਸੀਗਾ ਵੀ ਇੱਦਾਂ ਕਰਕੇ ਹੋ ਗਿਆ ਅਤੇ ਵੀ ਮੈਂ ਹੋਸਪਿਟਲ ਲੈ ਕੇ ਆਈ ਹੋਈ ਹਾਂ। ਹੁਣ ਲੁਧਿਆਣਾ ਮੈਡੀ ਵੇਵਸ ਦੇ ਵਿੱਚ ਨੇ। ਤਬੀਅਤ ਹੁਣ ਠੀਕ ਹੈ, ਫਸਟ ਕਲਾਸ ਹੈ ਜੀ। ਪਹਿਲਾਂ ਵੀ ਕੋਈ ਇਹਨਾਂ ਨੂੰ? ਨਹੀਂ, ਪਹਿਲਾਂ ਕੋਈ ਅਟੈਕ ਨਹੀਂ, ਕੋਈ ਪ੍ਰੋਬਲਮ ਨਹੀਂ ਸੀਗੀ, ਕੋਈ ਨਹੀਂ ਸੀ ਕਿਉਂਕਿ ਤਾਂ ਖਾਣ ਪੀਣ ਦਾ ਆਪਦਾ ਬਹੁਤ ਧਿਆਨ ਰੱਖਦੇ ਆ। ਕਿੰਨੇ ਸਾਲ ਤੋਂ ਇਸ ਪ੍ਰੋਫੈਸ਼ਨ ਵਿੱਚ? ਇਹ 73 ਦੇ ਇਸੇ ਲਾਈਨ 'ਚ ਨੇ, 1973। ਲਗਾਤਾਰ ਸ਼ੋਜ਼ ਵਗੈਰਾ ਕਰਦੇ? ਹਾਂਜੀ ਹਾਂ, ਬਿਲਕੁਲ ਬਿਲਕੁਲ, ਦੋ ਦੋ ਤਿੰਨ ਤਿੰਨ ਵੀ ਸ਼ੋਅ ਇਹਨਾਂ ਨੇ ਲਾਏ ਆ, ਬਹੁਤ ਕੰਮ ਕੀਤਾ ਇਹਨਾਂ ਨੇ ਇਸ ਲਾਈਨ 'ਚ। ਗੱਲਬਾਤ ਹੁੰਦੀ? ਹਾਂਜੀ ਹਾਂ, ਬਿਲਕੁਲ ਬਿਲਕੁਲ। ਹਾਂਜੀ ਉਹ ਕਹਿੰਦੇ ਨੇ, ਮੈਂ ਥੋੜ੍ਹੀ ਜਿਹੀ ਪ੍ਰੋਬਲਮ ਆ, 3 ਮਹੀਨਿਆਂ 'ਚ ਮੈਂ ਠੀਕ ਹੋ ਕੇ ਬਸ ਮੈਂ ਫਿਰ ਆਪਦੇ ਕੰਮ 'ਚ ਲੱਗ ਜਾਣਾ। ਹੋਇਆ ਕੀ ਮਤਲਬ ਸਟੇਜ ਦੇ ਵਿੱਚ ਪਰਫੋਰਮ ਕਰ ਰਹੇ ਸੀ, ਕਿਸ ਤਰ੍ਹਾਂ ਮਤਲਬ ਸਭ ਕੁਝ? ਸਟੇਜ 'ਤੇ ਥੋੜ੍ਹੀ ਇਹਨਾਂ ਦੀ ਜ਼ਬਾਨ ਜਿਸ ਤਰ੍ਹਾਂ ਥਿੜਕਣ ਲੱਗ ਗਈ ਤਾਂ ਨਾਲ ਜਿਹੜੀ ਸੁਮਨ ਕੰਮ ਕਰਦੀ ਹੈ ਉਹਨੇ ਕਿਹਾ ਵੀ ਹੈ ਵੀ ਸਰ ਮੈਨੂੰ ਤੁਹਾਡੀ ਤਬੀਅਤ ਨਹੀਂ ਠੀਕ ਲੱਗਦੀ, ਵੀ ਆਪਾਂ ਦੁਬਾਰਾ ਚੜ੍ਹ ਜਾਂਗੇ ਸਟੇਜ 'ਤੇ। ਕਹਿੰਦੇ ਮੈਂ ਨਹੀਂ ਠੀਕ ਹਾਂ, ਤੂੰ ਬੋਲੀ ਚੱਲ। ਅਤੇ ਫਿਰ ਅੱਗੋਂ ਉਹਨੇ ਦੁਬਾਰਾ ਕਿਹਾ, ਫਿਰ ਨਹੀਂ ਮੰਨੇ, ਫਿਰ ਥੋੜ੍ਹਾ ਜਦੋਂ ਜ਼ਿਆਦਾ ਹੋ ਗਿਆ ਫਿਰ ਸਾਰੇ ਇਕੱਠੇ ਹੋ ਗਏ, ਫਿਰ ਉਹਨਾਂ ਨੇ ਬਿਠਾ ਤਾ ਬਸ। ਫਿਰ ਤਾਂ ਕਿਹੜੀ ਜਗ੍ਹਾ ਸ਼ੋਅ ਲਾਉਣ ਗਏ ਸੀ? ਜਲਾਲਾਬਾਦ ਸੀਗਾ। ਉਸ ਤੋਂ ਬਾਅਦ ਸ਼ੋਅ ਤੋਂ ਬਾਅਦ ਉੱਥੋਂ ਫਿਰ ਕਿਹੜਾ ਹੋਸਪਿਟਲ? ਮਹਿਰੋਕ ਹੋਸਪਿਟਲ ਸੀਗਾ, ਉੱਥੇ ਲੈ ਕੇ ਗਏ। ਉੱਥੋਂ ਫਿਰ ਥੋੜ੍ਹਾ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ, ਫਿਰ ਉਹਨਾਂ ਨੇ ਸਿਟੀ ਸਕੈਨ ਕੀਤਾ ਅਤੇ ਫਿਰ ਦਵਾਈ ਲੈ ਕੇ ਦੇ ਤੀ ਜੋ ਵੀ ਉਹਨਾਂ ਨੇ। ਸੁਮਨ ਨੇ ਕਿਹਾ ਵੀ ਸਾਨੂੰ ਲੁਧਿਆਣੇ ਪਹੁੰਚਦੇ ਕਰ ਦਿਉ, ਵੀ ਬਸ ਅਸੀਂ ਲੁਧਿਆਣੇ ਜਾਣਾ। ਅਤੇ ਫਿਰ ਬਸ ਉੱਥੋਂ ਚੱਲ ਪਏ, ਫਿਰ ਉਹ ਇੱਧਰੋਂ ਅਸੀਂ ਤਿਆਰੀ ਕਰ ਰੱਖੀ ਵੀ ਲੈ ਕੇ ਕਿੱਥੇ ਜਾਣਾ ਇਹਨਾਂ ਨੂੰ। ਕਲਾਕਾਰ ਪਹਿਲਾਂ ਤਾਂ ਮੈਂ ਦੱਸਾਂ ਵੀ ਅਸੀਂ 1.5 ਦਿਨ ਫੋਨ ਹੀ ਨਹੀਂ ਔਨ ਰੱਖਿਆ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਸੀਗਾ, ਅਸੀਂ ਆਪ ਪਜ਼ਲ ਸੀਗੇ। ਅਤੇ ਹੁਣ ਅੱਜ ਜਿਸ ਤਰ੍ਹਾਂ ਹਰਦੀਪ ਆਇਆ ਅਤੇ ਗੁਰਲੇਜ਼ ਅਖਤਰ ਦੀ ਮਦਰ ਪਤਾ ਲੈ ਕੇ ਗਏ ਨੇ।
ਮੈਨੂੰ 3:30 29 ਨੂੰ 3:30 ਕਾਲ ਆਈ ਅਤੇ ਉਹ ਅਨਨੋਨ ਨੰਬਰ ਸੀਗਾ ਤਾਂ ਮੈਂ ਪਿੱਕ ਕੀਤਾ ਤਾਂ ਮੈਨੂੰ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਨੇ ਕੋਸਟਾਰ ਸੁਮਨ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਪਾਪਾ ਨੂੰ ਲੈ ਕੇ ਆਈ ਹਾਂ ਹੋਸਪਿਟਲਾਈਜ਼ ਅਤੇ ਉਹ ਠੀਕ ਨਹੀਂ ਸੀਗੇ ਸਟੇਜ 'ਤੇ ਉਹ ਥੋੜ੍ਹੇ ਬਿਮਾਰ ਹੋ ਗਏ ਸੀ ਅਤੇ ਕਿ ਤੁਸੀਂ ਘਬਰਾਉਣਾ ਨਹੀਂ ਹੈ ਅਤੇ ਉਹਨਾਂ ਦਾ ਹਜੇ ਚੈੱਕਅਪ ਹੋ ਰਿਹਾ ਫਿਰ ਉਹਨਾਂ ਨੇ ਮੈਨੂੰ ਫਿਰ ਮੈਂ ਥੋੜ੍ਹੀ ਦੇਰ ਬਾਅਦ ਦੁਬਾਰਾ 5-10 ਮਿੰਟ ਬਾਅਦ ਫਿਰ ਕਾਲ ਕੀਤੀ ਕਹਿੰਦੇ ਉੱਥੇ ਬਹੁਤ ਸਟੇਜ 'ਤੇ ਬੀ ਪੀ ਹਾਈ ਸੀਗਾ 180 ਤੱਕ ਸੀਗਾ ਬੀ ਪੀ ਉਹਨਾਂ ਦਾ ਅਤੇ ਵੀ ਹੁਣ ਡਾਇਗਨੋਸ ਸੀ ਟੀ ਸਕੈਨ ਹੋ ਰਿਹਾ ਉਹਨਾਂ ਦਾ ਅਤੇ ਉਹਦੇ 'ਚ ਬਲੋਕੇਜ ਆਈ ਹੈ ਅਤੇ ਉੱਥੇ ਮੈਡੀਸਨ ਦੇ ਕੇ ਉਹਨਾਂ ਨੂੰ ਅਤੇ ਲੁਧਿਆਣੇ ਹੁਣ ਫਿਰ ਉਹਨਾਂ ਨੇ 4:15 ਲੁਧਿਆਣੇ ਲਈ ਉਹ ਚੱਲ ਪਏ ਸੀਗੇ ਫਿਰ ਲੁਧਿਆਣੇ ਮੈਡੀਵੇਜ ਹੋਸਪਿਟਲ ਹੈ ਫਿਰ ਇੱਥੇ 7:30 ਅਰਾਊਂਡ ਆ ਕੇ ਐਡਮਿਟ ਕਰਵਾਇਆ ਉਹਨਾਂ ਨੂੰ ਹਾਂਜੀ ਠੀਕ ਨੇ ਡਾਕਟਰਸ ਵੀ ਬਹੁਤ ਅੱਛੇ ਨੇ ਅਤੇ ਹੋਸਪਿਟਲ ਸਾਰਾ ਬੜਾ ਕੋਪਰੇਟਿਵ ਹੈ ਔਰ ਅੱਛਾ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ ਉਹਨਾਂ ਦੀ ਰਿਕਵਰੀ ਹੋਪਫੁਲੀ ਜਲਦੀ ਹੋ ਜਾਏਗੀ ਬੋਲਦੇ ਨੇ ਉਹ ਜੋ ਉਹਨਾਂ ਨੂੰ ਚਾਹੀਦਾ ਖਾਣ ਲਈ ਵੀ ਉਹ ਮੰਗਦੇ ਨੇ ਖੁਦ ਜਿਹੜਾ ਕੋਈ ਵਿਜ਼ਿਟ ਕਰਨ ਵੀ ਆਉਂਦਾ ਉਹਨਾਂ ਨਾਲ ਵੀ ਉਹ ਪਹਿਚਾਣਦੇ ਨੇ ਉਹਨਾਂ ਨੂੰ ਅਤੇ ਗੱਲ ਕਰਦੇ ਨੇ ਉਹਨਾਂ ਨਾਲ ਉਹਨਾਂ ਨੂੰ ਮੇਰੇ ਬੋਰਨ ਹੋਣ ਤੋਂ ਪਹਿਲਾਂ ਦੇ ਨੇ ਉਹ ਇਸ ਫੀਲਡ 'ਚ ਕਾਫੀ ਸਾਲ ਹੋ ਗਏ ਨੇ ਉਹਨਾਂ ਨੂੰ 1973 ਦੇ ਅਰਾਊਂਡ ਹਾਂਜੀ ਕਾਫੀ ਯੋਗਦਾਨ ਆ ਕਲਾਕਾਰ ਜਗਤ ਦੇ ਵਿੱਚ ਕਮੇਡੀ ਦੇ ਵਿੱਚ ਵੱਡਾ ਨਾਮ ਨੇ ਲੋਕ ਉਹਨਾਂ ਨੂੰ ਆਪਣੇ ਅਸਲੀ ਨਾਮ ਦੀ ਬਜਾਏ ਪਜਨਾਮਲੀ ਦੇ ਨਾਮ ਹਾਂਜੀ ਜਾਣਦੇ ਨੇ ਕਈ ਤਾਂ ਕਹਿੰਦੇ ਨੇ ਗੁਰਦੇਵ ਸਿੰਘ ਢਿੱਲੋਂ ਨਹੀਂ ਸਾਨੂੰ ਪਤਾ ਸਾਨੂੰ ਪਜਨਾਮਲੀ ਨਾਮ ਤੋਂ ਹੀ ਉਹਨਾਂ ਦੀ ਪਹਿਚਾਣ ਹੁੰਦੀ ਹੈ ਕਿ ਉਹ ਕੌਣ ਨੇ ਤੇ ਹੁਣ ਜਦੋਂ ਹੁਣ ਅੱਜ ਹਸਪੀਟਲ ਨੇ ਤਬੀਅਤ ਉਹਨਾਂ ਦੀ ਨਾਜ਼ੁਕ ਹੈ ਹਾਂਜੀ ਤੇ ਕੋਈ ਜਿਹੜੇ ਉਹਨਾਂ ਦੇ ਸਾਥੀ ਕਿਸ ਤਰ੍ਹਾਂ ਦਾ ਮਤਲਬ ਕਿ ਤੁਹਾਡਾ ਸਾਥ ਹਾਂਜੀ ਇੱਕ ਮਿੰਟ ਬਾਅਦ ਫੋਨ 'ਤੇ ਉਹਨਾਂ ਦੀ ਕਾਲਸ ਆਉਂਦੀਆਂ ਨੇ ਅਤੇ ਬਾਹਰੋਂ ਵੀ ਬੜੀਆਂ ਕਾਲਸ ਆਈਆਂ ਜਿਨ੍ਹਾਂ ਨਾਲ ਕੰਮ ਕੀਤਾ ਹੋਇਆ ਉਹਨਾਂ ਨੇ ਵੀ ਸਭ ਨੇ ਹਾਲ ਚਾਲ ਪੁੱਛਿਆ ਇਹਨਾਂ ਦਾ ਕਈ ਜਿਸ ਟਾਈਮ 'ਤੇ ਮੇਲੇ 'ਚ ਇਹਨਾਂ ਨੂੰ ਅਟੈਕ ਆਇਆ ਸੀ ਉੱਥੇ ਜਿਨ੍ਹਾਂ ਨੇ ਦੇਖਿਆ ਇਹਨਾਂ ਨੂੰ ਗਿਰਦੇ ਹੋਇਆ ਸਟੇਜ 'ਤੇ ਉਹਨਾਂ ਦੀਆਂ ਵੀ ਬਹੁਤ ਕਾਲਸ ਆਈਆਂ ਨੇ ਉਹਨਾਂ ਨੇ ਦੱਸਿਆ ਕਿ ਸਾਡੇ ਮੂਹਰੇ ਹੀ ਇਹਨਾਂ ਨੂੰ ਅਟੈਕ ਆਇਆ ਸੀਗਾ ਅਤੇ ਉਹਨਾਂ ਨੇ ਵੀ ਸਭ ਨੇ ਇਹਨਾਂ ਦੀ ਹੈਲਥ ਬਾਰੇ ਪੁੱਛਿਆ ਸਾਰੇ ਪ੍ਰੇ ਕਰ ਰਹੇ ਨੇ ਉਹਨਾਂ ਲਈ ਤੇ ਸਾਰੇ ਕਹਿ ਰਹੇ ਆ ਕਿ ਅਸੀਂ ਉਹਨਾਂ ਨੂੰ ਮੰਨਦੇ ਹਾਂ ਅਸੀਂ ਉੱਥੇ ਮੱਥਾ ਟੇਕਣ ਜਾ ਰਹੇ ਹਾਂ ਇਹ ਸੁਣ ਕੇ ਅੱਛਾ ਲੱਗਦਾ ਬਸ ਸਾਰੇ ਪ੍ਰੇ ਕਰਨ ਉਹ ਨਹੀਂ ਉਹ ਬਿਲਕੁਲ ਪੋਜ਼ਿਟਿਵ ਨੇ ਉਹਨਾਂ ਦੀ ਵਿਲ ਪਾਵਰ ਬਹੁਤ ਸਟਰੋਂਗ ਹੈ ਔਰ ਉਹ ਕਹਿੰਦੇ ਠੀਕ ਹੋ ਜਾਣਾ ਸੋਰੀ ਉਹ ਕਹਿੰਦੇ ਕਿ ਮੈਂ ਠੀਕ ਹੋ ਜਾਣਾ 3-4 ਮੰਥਸ ਦਾ ਹੈਗਾ ਕੋਰਸ ਉਹਨਾਂ ਨੂੰ ਪਤਾ ਹੈ ਕਿ ਬਾਅਦ 'ਚੋਂ ਫਿਜ਼ੀਓਥੈਰੇਪੀ ਵਗੈਰਾ ਚੱਲੇਗੀ ਅਤੇ ਬੈਕ ਟੂ ਵਰਕ ਉਹ ਆ ਜਾਣਗੇ ਥੋੜ੍ਹੀ ਦੇਰ ਦੇ ਅੰਦਰ ਉਹਨਾਂ ਨੇ ਸਟੇਜ ਸ਼ੋਜ਼ ਤਾਂ ਬਹੁਤ ਕੀਤੇ ਰਹੇ ਕੈਨੇਡਾ ਅਮੈਰੀਕਾ ਇੰਗਲੈਂਡ ਅਤੇ ਨਿਊਜ਼ੀਲੈਂਡ ਹੋ ਗਿਆ ਆਸਟ੍ਰੇਲੀਆ ਹੋ ਗਿਆ ਹਰ ਸਾਲ ਹੀ ਉਹਨਾਂ ਦਾ ਟੂਰ ਲੱਗਦਾ ਹੈ ਵਿਜ਼ਿਟ ਕਰਦੇ ਨੇ ਉਹ ਉੱਥੇ 1-2 ਮੰਥ ਦਾ ਉਹਨਾਂ ਦਾ ਉੱਥੇ ਸ਼ੋਅ ਕਰਦੇ ਨੇ ਪਲੇ ਹੁੰਦੇ ਉਹਨਾਂ ਦੇ ਉੱਥੇ ਔਰ ਬੈਕ ਟਾਈਮ ਉਹ ਲਿਸ਼ਕਾਰਾ ਚੈਨਲ ਲਿਸ਼ਕਾਰਾ ਪ੍ਰੋਗਰਾਮ ਆਉਂਦਾ ਸੀ DD1 ਤੋਂ
ਉੱਥੇ ਕੰਟੀਨਿਊਸਲੀ ਉਹਨਾਂ ਦੀਆਂ ਸਕਿੱਟਸ ਵਗੈਰਾ ਆਉਂਦੀਆਂ ਸੀਗੀਆਂ ਅਤੇ ਹਾਂਜੀ ਹਾਂਜੀ ਉੱਚਾ ਪਿੰਡ ਫਿਲਮ ਸੀਗੀ ਉਹਨਾਂ ਦੀ ਅਤੇ ਕਾਫੀ ਕੰਮ ਕੀਤਾ ਉਹਨਾਂ ਨੇ। ਬੇਸਿਕਲੀ ਉਹਨਾਂ ਨੂੰ ਅਧਰੰਗ ਦਾ ਅਟੈਕ ਹੋਇਆ, ਉਹਨਾਂ ਦਾ ਖੱਬਾ ਪਾਸਾ ਜਿਹੜਾ ਉਹ ਲਕਵਾ ਮਾਰ ਗਿਆ ਉਹਨੂੰ, ਅਤੇ ਉਹਦੇ ਵਾਸਤੇ ਖੂਨ ਪਤਲੇ ਕਰਨ ਦੀਆਂ ਦਵਾਈਆਂ ਚੱਲ ਰਹੀਆਂ, ਜੋ ਵੀ ਉਹਦਾ ਟ੍ਰੀਟਮੈਂਟ ਹੈ ਫਿਜੀਓਥੈਰੇਪੀ ਉਹ ਚੱਲ ਰਿਹਾ ਐਂਡ ਹੀ ਇਜ਼ ਅਦਰਵਾਈਜ਼ ਡੂਇੰਗ ਫਾਈਨ। ਅਤੇ ਹੌਲੀ ਹੌਲੀ ਰਿਕਵਰੀ ਹੋਣ ਦੇ ਚਾਂਸਿਸ ਹੁੰਦੇ ਆ, ਇਹਦੇ 'ਚ ਰਿਕਵਰੀ ਨੂੰ ਟਾਈਮ ਲੱਗਦਾ ਬਟ ਫਿਜੀਓਥੈਰੇਪੀ ਨਾਲ ਦੇਰ ਆਰ ਚਾਂਸਿਸ ਕਿ ਰਿਕਵਰ ਹੋ ਜਾਣਗੇ। ਇਹ ਵੇਰੀ ਕਰਦਾ ਫਰੋਮ ਪੇਸ਼ੈਂਟ ਟੂ ਪੇਸ਼ੈਂਟ, ਅਤੇ ਜਿੰਨਾ ਯੰਗ ਪੇਸ਼ੈਂਟ ਹੁੰਦਾ ਉਹਦੇ ਥੋੜ੍ਹੇ ਜਲਦੀ ਹੁੰਦੇ ਆ ਏਜ ਦੇ ਹਿਸਾਬ ਨਾਲ, ਕਿਉਂਕਿ ਨਰਵਸ ਨੂੰ ਰੀਜਨਰੇਟ ਕਰਨ ਨੂੰ ਥੋੜ੍ਹਾ ਟਾਈਮ ਲੱਗਦਾ, ਅਤੇ ਬਟ ਹੋ ਜਾਣਾ ਚਾਹੀਦਾ, ਵੀ ਆਰ ਪੋਜ਼ਿਟਿਵ। ਹਾਂਜੀ 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 ਹਾਂ ਬਿਲਕੁਲ, ਜੇ ਰੱਬ ਨੇ ਚਾਹਿਆ ਤਾਂ ਜ਼ਰੂਰ ਜਾਣਗੇ ਜੀ। ਹਾਂਜੀ ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।